Hello everyone and welcome back to ABCL GK. ਅੱਜ ਇਸ ਵੀਡੀਓ ਦੇ ਵਿੱਚ ਬੇਸਿਕਲੀ ਮੈਂ ਕੁਝ ਪੜ੍ਹਾਉਂਦਾ ਨਹੀਂ ਆਇਆ ਲੇਕਿਨ ਤੁਹਾਨੂੰ ਮੋਕ ਟੈਸਟ ਬਾਰੇ ਦੱਸਣ ਆਇਆਗਾ। ਕਿਉਂਕਿ ਤੁਹਾਨੂੰ ਪਤਾ ਹੈ ਕਿ ਨੈਕਸ ਸੰਡੇ ਤੁਹਾਡਾ ਪੰਜਾਬ ਪਟਵਾਰਡਾ ਦਾ ਐਗਜ਼ਾਮ ਹੈਗਾ ਤੇ ਉਹਦੇ ਲਈ ਮੈਂ ਆਪ ਇੱਕ ਮੋਕ ਟੈਸਟ ਪ੍ਰਪੇਅਰ ਕੀਤਾ ਹੈ ਜਿਦੇ ਵਿੱਚ ਤੁਹਾਨੂੰ ਟੋਟਲ 2 ਮੋਕ ਟੈਸਟ ਮਿਲਣਗੇ। ਤੇ ਟੋਟਲੀ ਇਹ ਸੇਮ ਜਿਹੜਾ ਪੈਟਰਨ PWD Plus B ਨੇ ਮੈਂਸ਼ਨ ਕੀਤਾ ਸੀਗਾ ਸਿਲੇਬਸ ਵਿੱਚ ਉਸੇ ਪੈਟਰਨ ਦੇ ਨਾਲ ਆ ਮੋਕ ਟੈਸਟ ਤਿਆਰ ਕੀਤਾ ਗਿਆ ਹੈਗਾ। ਇਨ ਜਸਟ 59 ਰੁਪੀਸ ਤੇ ਮੈਂ ਤੁਹਾਨੂੰ ਹੋਰ ਵੀ ਜਿੰਨੇ ਦੱਸਣਾ ਚਾਹੁੰਦਾ ਇਸ ਮੋਕ ਟੈਸਟ ਬਾਰੇ। ਕਿ ਕਾਫੀ ਦਿਨਾਂ ਤੋਂ ਮੈਂ ਕੋਈ ਵੀਡੀਓ ਪਾਈ ਨਹੀਂ ਸੀ ਕਿ ਤੁਸੀਂ ਦੇਖਿਆ ਹੁਣ ਹਫਤਾ 10 ਦਿਨ ਹੋ ਗਿਆ ਬਲਕਿ ਕਿਉਂਕਿ ਮੈਂ ਉਸ ਟਾਈਮ ਦੇ ਵਿੱਚ ਨਾ ਮੌਕ ਟੈਸਟ ਪ੍ਰਪੇਅਰ ਕਰ ਰਿਹਾ ਸੀਗਾ ਤਾਂ ਹਲਕਾ ਜਿਹਾ ਤੁਸੀਂ ਦੇਖ ਸਕਦੇ ਹੋ ਮੈਂ ਆਨਸਰ ਕੀ ਪਾਈ ਹੈ ਕੁਐਸਚਨ ਤਾਂ ਚਲੋ ਤੁਹਾਨੂੰ ਮੌਕ ਟੈਸਟ ਦੇ ਵਿੱਚ ਹੀ ਮਿਲਣਗੇ ਤਾਂ ਮੈਂ ਜਿਸ ਤੁਹਾਨੂੰ ਇੱਕ ਦਿਖਾਉਣ ਦੇ ਵਾਸਤੇ ਵੀ ਆਪਾਂ ਮੌਕ ਚ ਤਿਆਰ ਕੀਤਾ ਹੈਗਾ ਆਨਸਰ ਕੀ ਦੇ ਨਾਲ ਵਿਦ ਐਕਸਪਲੇਨੇਸ਼ਨ ਵੀ ਹੈ ਤੇ ਤੁਹਾਨੂੰ ਪਤਾ ਹੀ ਹੈ ਕਿ ਐਗਜ਼ਾਮ 8 8 ਨੂੰ ਹੈ ਤੇ ਜਿਹੜੀ ਇਹ ਸੀਰੀਜ਼ ਹੈ ਇਨ ਜਸਟ 59 ਕੁਝ ਜ਼ਿਆਦਾ ਮਾਊਂਟ ਨਹੀਂ ਹੈਗੀ ਨੋਮੀਨਲ ਜਾਂ ਪ੍ਰਾਈਸ ਹੈ 60 50 60 ਰੁਪੀ ਇਹ ਤਾਂ ਆਪਾਂ ਵੈਸੇ ਵੀ ਕੁਝ ਅੱਗੇ ਪਿੱਛੇ ਜਾਂਦੇ ਆ ਤਾਂ ਵੈਸੇ ਹੀ ਖਰਚ ਦਿੰਨੇ ਆ ਜੀ ਤੇ ਇਸੇ ਕਰਕੇ ਪ੍ਰਾਈਸ ਵੀ ਬਹੁਤ ਜ਼ਿਆਦਾ ਘੱਟ ਹੀ ਰੱਖਿਆ ਹੈਗਾ ਕੋਈ ਜ਼ਿਆਦਾ ਨਹੀਂ ਰੱਖਿਆ ਤੇ ਜਦੋਂ ਵੀ ਆਪਾਂ ਕੋਈ ਇਗਜ਼ਾਮ ਦੀ ਤਿਆਰੀ ਕਰ ਰਹੇ ਆ ਤਾਂ ਆਪਾਂ ਕਿੱਥੇ ਸਟੈਂਡ ਕਰਦੇ ਆ ਕਿੰਨੇ ਪਾਣੀ ਚਾਂ ਕਹਿ ਲੋ ਤਾਂ ਉਹ ਆਪਾਂ ਨੂੰ ਮੌਕ ਟੈਸਟ ਦੇ ਦੁਆਰਾ ਹੀ ਪਤਾ ਲੱਗਦਾ ਹੈਗਾ ਤੇ ਮੌਕ ਟੈਸਟ ਵੀ ਉਹੀ ਜਿਹੜਾ ਸੇਮ ਇਗਜ਼ਾਮ ਪੈਟਰਨ ਤੇ ਹੋਵੇ ਤੇ ਇੱਕ ਤਰ੍ਹਾਂ ਦਾ ਨਾ ਆਪਣੀ ਪ੍ਰੈਪਰੇਸ਼ਨ ਦਾ ਇੱਕ ਪੀਲਰ ਹੁੰਦਾ ਹੈ ਜੀ ਖੁਦ ਨੂੰ ਟੈਸਟ ਕਰਨਾ ਤੇ ਮੌਕ ਟੈਸਟ ਮੈਂ ਤੁਹਾਡੇ ਲਈ ਬਣਾ ਹੀ ਦਿੱਤਾ ਹੈਗਾ ਕਿਉਂਕਿ ਤੁਸੀਂ ਵੈਸੇ ਤਾਂ ਪੜਦੇ ਰਹੇ ਹੋ ਮੇਰੀ ਵੀਡੀਓਜ਼ ਦੇ ਨਾਲ ਤੇ ਹੁਣ ਤੁਹਾਨੂੰ ਇਸ ਸੀਰੀਜ਼ ਦੇ ਵਿੱਚ ਦੋ ਫੁੱਲ ਕੰਪਲੀਟ ਜਿਹੜੇ ਨੇ ਮੌਕ ਟੈਸਟ ਮਿਲਣਗੇ ਤੇ ਉਹ ਤੁਹਾਨੂੰ ਜਿਹੜਾ ਹੈ ਸੋਲਵ ਕਰਨਾ ਹੈ ਕਿਉਂਕਿ ਮੇਨ ਮੇਨ ਬੈਨੀਫਿਟ ਪਤਾ ਕੀ ਹੈ ਜਦੋਂ ਪੇਪਰ ਆਫਲਾਈਨ ਹੁੰਦਾ ਨਾ ਤਾਂ ਮੌਕ ਟੈਸਟ ਵੀ ਆਫਲਾਈਨ ਦੇਣਾ ਚਾਹੀਦਾ ਹੈ ਜੇ ਪੇਪਰ ਆਨਲਾਈਨ ਹੁੰਦਾ ਹੈ ਤਾਂ ਮੌਕ ਟੈਸਟ ਵੀ ਆਨਲਾਈਨ ਦੇਣਾ ਹੁੰਦਾ ਹੈਗਾ ਜੇ ਤੁਸੀਂ ਮੌਕ ਟੈਸਟ ਆਫਲਾਈਨ ਦਿਓਗੇ ਤੇ ਪੇਪਰ ਆਨਲਾਈਨ ਹੋਗਾ ਨਾ ਤਾਂ ਉਹਦਾ ਫਾਇਦਾ ਨਹੀਂ ਹੋਣਾ ਤੁਹਾਨੂੰ ਡਿਸਐਡਵਾਂਟੇਜ ਹੋਣੀ ਹੈ ਤੇ ਜਿੱਦ ਤਾਂ ਉਸ ਦੇ ਹਸਾਬ ਨਾਲ ਕੰਪਲੀਟਲੀ ਆ ਮੇਰੇ ਦੁਆਰਾ ਬਣਾਇਆ ਗਿਆ ਮੋਕ ਟੈਸਟ ਹੈ। ਇਨ ਕੇਜੇ ਤੁਸੀਂ ਚਾਹਨੇ ਹੋ ਵੀ ਆ ਮੋਕ ਟੈਸਟ ਨੂੰ ਬਾਏ ਕਰਨਾ ਤਾਂ ਤੁਸੀਂ ਇਸ WhatsApp ਨੰਬਰ ਤੇ ਨਾ ਸਿਰਫ ਤੁਸੀਂ ਮੈਸੇਜ ਭੇਜਣਾ ਕੋਈ ਕਾਲ ਨਹੀਂ ਕਰਨੀ ਹੈਗੀ। ਇਸ ਮੈਸੇਜ ਤੇ ਤੁਸੀਂ ਹੈਲੋ ਹਾਈ ਲਿਖ ਕੇ ਭੇਜ ਸਕਦੇ ਹੋ ਕਿ ਤੁਹਾਨੂੰ ਮੋਕ ਟੈਸਟ ਚਾਹੀਦਾ। ਫਿਰ ਮੈਂ ਤੁਹਾਨੂੰ ਅਕਾਊਂਟ ਦੀ ਡਿਟੇਲ ਹੈ ਜਿੱਥੇ ਤੁਸੀਂ ਟਰਾਂਸਫਰ ਕਰਨੇ ਆ ਉਹ ਮੈਂ ਤੁਹਾਨੂੰ ਦੱਸ ਦਵਾਂਗਾ। ਤਾਂ ਇਹ ਤੁਸੀਂ ਧਿਆਨ ਨਾਲ ਸੇਵ ਕਰ ਲਿਓ। ਤੇ ਬਾਕੀ ਇਸ ਬਾਰੇ ਡਿਟੇਲ ਮੈਂ ਤੁਹਾਨੂੰ ਟੈਲੀਗ੍ਰਾਮ ਤੇ ਕੱਲ ਪਰਸੋਂ ਹੀ ਦੇ ਦਿੱਤੀ ਸੀਗੀ ਲੇਕਿਨ ਜਿਹੜੇ ਬੱਚੇ ਨਵੇਂ ਨੇ ਉਹਨਾਂ ਨੂੰ ਦੱਸ ਦਿੰਨਾ ਮੈਂ ਕਾਫੀ ਜ਼ਿਆਦਾ ਇੰਪੋਰਟੈਂਟ ਚੀਜ਼ਾਂ ਜਿਹੜੀ ਤੁਹਾਨੂੰ ਟੈਲੀਗ੍ਰਾਮ ਤੇ ਮਿਲਣਗੀਆਂ ਉਹ ਤੁਸੀਂ ਟੈਲੀਗ੍ਰਾਮ ਤੇ ਜਾ ਕੇ ਦੇਖ ਸਕਦੇ ਹੋ ਲਿੰਕ ਜਿਹੜਾ ਡਿਸਕ੍ਰਿਪਸ਼ਨ ਵਿੱਚ ਮਿਲੂਗਾ ਤੇ ਜੇਕਰ ਤੁਹਾਡੀ ਕੋਈ ਕੁਐਰੀ ਹੈ ਤੁਸੀਂ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੋ ਕੋਈ ਪੁੱਛਣਾ ਚਾਹੁੰਦੇ ਹੋ ਤਾਂ ਤੁਹਾਨੂੰ ਫੇਸਬੁੱਕ ਐ ਇੰਸਟਾਗ੍ਰam ਤੇ ਮੈਨੂੰ ਫੋਲੋ ਕਰਕੇ ਪੁੱਛ ਸਕਦੇ ਹੋ ਇਹਨਾਂ ਦਾ ਵੀ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾਇਆ ਹੋਇਆ ਹੈਗਾ ਤੇ ਨੈਕਸਟ ਇੱਕ ਇੰਪੋਰਟੈਂਟ ਅਪਡੇਟ ਆਏਗੀ ਹੈ ਕਿ 8 8 ਨੂੰ ਤੁਹਾਡਾ ਐਗਜ਼ਾਮ ਹੈ ਉਹ ਚੀਜ਼ਾਂ ਬਾਰੇ ਕੁਝ ਸਟਰੈਟਜੀ ਸ਼ੇਅਰ ਕਰਾਂਗਾ ਇਹ ਵੀਡੀਓ ਵੀ ਇੱਕ ਦੋ ਦਿਨਾਂ ਦੇ ਵਿੱਚ ਡੈਫੀਨਿਟਲੀ ਆ ਜਾਏਗੀ ਤਾਂ ਥੈਂਕਸ ਫॉर ਵਾਚਿੰਗ ਜੀ ਜੇਕਰ ਤੁਹਾਨੂੰ ਮੋਕ ਟੈਸਟ ਬਾਏ ਕਰਨਾ ਹੈ ਤਾਂ ਤੁਸੀਂ WhatsApp ਨੰਬਰ ਤੇ ਮੈਸੇਜ ਭੇਜਿਓ ਬਾਕੀ ਡਿਟੇਲ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗਾ ਤੇ ਜੇ ਤੁਸੀਂ ਜਾਣੇ ਕੋਈ ਹੋਰ ਬੱਚਾ ਵੀ ਮੋਕ ਟੈਸਟ ਲੈਣਾ ਚਾਹੁੰਦਾ ਹੈ ਤਾਂ ਤੁਸੀਂ ਵੀਡੀਓ ਸ਼ੇਅਰ ਕਰ ਸਕਦੇ ਹੋ ਤਾਂ ਕਿ ਉਸ ਤੱਕ ਵੀ ਆ ਵੀਡੀਓ ਪਹੁੰਚ ਜਾਵੇ ਤੋਂ ਥੈਂਕਸ ਫॉर ਵਾਚਿੰਗ ਜੀ ਜਲਦੀ ਮਿਲਦੇ ਆਂ